ਦਿੱਲੀ ਗੁਰਦੁਆਰਾ ਕਮੇਟੀ ਨੇ 54 ਲੋਕਾਂ ਦੇ ਵਾਸਤੇ ਐਪਲੀਕੇਸ਼ਨ ਦਿੱਤੀ ਸੀ ਭਾਰਤ ਸਰਕਾਰ ਨੂੰ ਔਰ ਪਾਕਿਸਤਾਨ ਸਰਕਾਰ ਨੂੰ, ਜਿਹਦੇ ਵਿੱਚ 45 ਯਾਤਰੀਆਂ ਨੂੰ ਵੀਜ਼ੇ ਮਿਲੇ ਹੈਗੇ ਨੇ। ਅਸੀਂ ਉਹਨਾਂ ਨੂੰ ਪਿਛਲੇ ਸਾਲ ਐਪਲੀਕੇਸ਼ਨ ਲਿਖੀ ਸੀ ਕਿ ਸਾਈਦਾਰੀ ਜਿਹੜੇ ਹੈਗੇ ਗੁਰੂ ਨਾਨਕ ਨਾਮ ਲੈਵਾ ਹਨ, ਅਤੇ ਉਹਨਾਂ ਨੇ ਕੁਝ ਮੰਨਿਆ ਸਾਡਾ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਅੱਗੋਂ ਵੀ ਜਿਹੜੇ ਸਭ ਨੂੰ ਵੀਜ਼ੇ ਮਿਲਣ। ਤੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਯਾਤਰਾ ਸਭ ਦੀ ਅੱਛੀ ਸਫਲ ਹੋਵੇ, ਆਪਣੇ ਗੁਰੂ ਮਹਾਰਾਜ ਦੇ ਘਰ ਦੇ ਦਰਸ਼ਨ ਕਰਕੇ ਸਾਰੇ ਆਉਣ ਔਰ ਸੁੱਖ ਸ਼ਾਂਤੀ ਰਹੇ, ਅੱਗੋਂ ਵੀ ਯਾਤਰਾ ਜਾਂਦੀ ਰਹੇ। ਤਾਂ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਯਾਤਰੀਆਂ ਨੂੰ ਸਨੈਕਸ ਵੀ ਦੇਵਾਂਗੇ ਔਰ ਆਪਣਾ ਚਾਹ ਪਾਣੀ ਅਸੀਂ ਦੋ ਜਗ੍ਹਾ ਰੋਕਾਂਗੇ ਅਤੇ ਨਾਲ ਪਾਣੀ ਦੀ ਪ੍ਰਬੰਧ ਕਰਾਂਗੇ ਗੱਡੀਆਂ। ਸੰਗਤ ਨੂੰ ਲੈ ਕੇ ਜਾ ਰਹੇ ਹਾਂ, ਗੁਰੂ ਮਹਾਰਾਜ ਦੇ ਅੱਗੇ ਇਹੀ ਅਰਦਾਸ ਕਰ ਰਹੇ ਹਾਂ ਕਿ ਇਸ ਸਭ ਦੀ ਜਿਹੜੀ ਯਾਤਰਾ ਸਫਲ ਹੋਏ, ਕਿਸੇ ਤਰ੍ਹਾਂ ਦੀ ਉੱਥੇ ਸਾਨੂੰ ਦਿੱਕਤ ਨਾ ਹੋਏ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਪਾਕਿਸਤਾਨ ਦੀ ਧਰਤੀ 'ਤੇ ਜੋ ਪਵਿੱਤਰ ਅਸਥਾਨ ਹੈ ਗੁਰਦੁਆਰਾ ਨਨਕਾਣਾ ਸਾਹਿਬ, ਉਹਦੇ ਦਰਸ਼ਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਜੱਥਾ ਭੇਜਿਆ ਜਾ ਰਿਹਾ। ਵਿਸ਼ੇਸ਼ ਤੌਰ 'ਤੇ ਇਹ ਵੀ ਹੈ ਕਿ ਸਿੱਖ ਪੰਥ ਦੇ ਮਹਾਨ ਜਰਨੈਲ ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਜੀ, ਉਹਨਾਂ ਦੀ ਬਰਸੀ ਦੇ ਮੌਕੇ ਜੱਥਾ ਜਾ ਰਿਹਾ। ਗੱਲਬਾਤ ਕਰਾਂਗੇ, ਸਾਡੇ ਨਾਲ ਚੰਡੋਕ ਸਾਹਿਬ ਵੀ ਮੌਜੂਦ ਨੇ ਦਿੱਲੀ ਕਮੇਟੀ ਤੋਂ। ਚੰਡੋਕ ਸਾਹਿਬ, ਜੱਥਾ ਭੇਜ ਰਹੇ ਹੋ ਦਿੱਲੀ ਕਮੇਟੀ ਵੱਲੋਂ ਜਾ ਰਿਹਾ ਹੈਗਾ, ਕੀ ਕਹਿਣਾ? ਦਿੱਲੀ ਗੁਰਦੁਆਰਾ ਕਮੇਟੀ ਨੇ 54 ਲੋਕਾਂ ਦੇ ਵਾਸਤੇ ਐਪਲੀਕੇਸ਼ਨ ਦਿੱਤੀ ਸੀ ਭਾਰਤ ਸਰਕਾਰ ਨੂੰ ਔਰ ਪਾਕਿਸਤਾਨ ਸਰਕਾਰ ਨੂੰ, ਜਿਹਦੇ ਵਿੱਚ 45 ਯਾਤਰੀਆਂ ਨੂੰ ਵੀਜ਼ੇ ਮਿਲੇ ਹੈਗੇ ਨੇ ਔਰ ਜਿਹੜੇ 8-9 ਵੀਜ਼ੇ ਕੱਟੇ ਹੈਗੇ ਨੇ ਉਹਦੇ 'ਚ 3 ਬੰਦੇ ਤਾਂ ਸ਼ਾਇਦ ਉਹ ਪਿਛਲੇ ਸਾਲ ਗਏ ਸੀ, ਇਸ ਲਈ ਦਿੱਤੇ, ਬਾਕੀ 6 ਸਾਈਧਾਰੀ ਸੀ। ਕੁਝ ਸਾਈਧਾਰੀਆਂ ਨੂੰ ਵੀਜ਼ਾ ਦਿੱਤਾ ਵੀ ਹੈ ਉਹਨਾਂ ਨੇ, ਅਸੀਂ ਉਹਨਾਂ ਨੂੰ ਪਿਛਲੇ ਸਾਲ ਐਪਲੀਕੇਸ਼ਨ ਲਿਖੀ ਸੀ ਕਿ ਸਾਈਧਾਰੀ ਜਿਹੜੇ ਹੈਗੇ ਗੁਰੂ ਨਾਨਕ ਨਾਮ ਲੈਵਾ ਹਨ, ਅਤੇ ਉਹਨਾਂ ਨੇ ਕੁਝ ਮੰਨਿਆ ਸਾਡਾ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਅੱਗੋਂ ਵੀ ਜਿਹੜੇ ਸਭ ਨੂੰ ਵੀਜ਼ੇ ਮਿਲਣ ਔਰ ਬਾਕੀ 399 ਲੋਕ ਜਿਹੜੇ ਜਾ ਰਹੇ ਨੇ SCPC ਅੰਮ੍ਰਿਤਸਰ ਤੋਂ ਅਤੇ ਬਾਕੀ ਹਰਿਆਣਾ ਕਮੇਟੀ ਤੋਂ ਅਤੇ ਕੁਝ ਹੋਰ ਜੱਥਿਆਂ ਤੋਂ। ਤੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਯਾਤਰਾ ਸਭ ਦੀ ਅੱਛੀ ਸਫਲ ਹੋਵੇ, ਆਪਣੇ ਗੁਰੂ ਮਹਾਰਾਜ ਦੇ ਘਰ ਦੇ ਦਰਸ਼ਨ ਕਰਕੇ ਸਾਰੇ ਆਉਣ ਔਰ ਸੁੱਖ ਸ਼ਾਂਤੀ ਰਹੇ, ਅੱਗੋਂ ਵੀ ਯਾਤਰਾ ਜਾਂਦੀ ਰਹੇ। ਸੰਡੋਕ ਸਾਹਿਬ, ਤਿਆਰੀਆਂ ਔਰ ਪ੍ਰਬੰਧ ਕਿਸ ਤਰੀਕੇ ਦੇ ਕਰਕੇ ਭੇਜ ਰਹੇ ਹੋ ਉੱਥੇ, ਔਰ ਕਿੰਨੇ ਦਿਨ ਦੀ ਯਾਤਰਾ ਹੈਗੀ? ਇਹ ਟੋਟਲ 10 ਦਿਨ ਦੀ ਯਾਤਰਾ, 21 ਤਰੀਕ ਨੂੰ ਕੱਲ੍ਹ ਸਵੇਰੇ ਅਟਾਰੀ ਸਰਹੱਦ ਤੋਂ ਵਾਹਗਾ ਸਰਹੱਦ 'ਤੇ ਜਾਏਗੇ ਬਾਹਰ ਰੋਡ ਕੇ ਔਰ ਇੱਥੋਂ ਦਿੱਲੀ ਗੁਰਦੁਆਰਾ ਕਮੇਟੀ ਨੇ ਆਪਣੀ ਯਾਤਰੀਆਂ ਲਈ ਸਪੈਸ਼ਲ ਬੱਸ ਭੇਜ ਰਿਹਾ ਹੈਗਾ ਔਰ ਇਹ 30 ਤਰੀਕ ਨੂੰ ਵਾਪਸ ਵੀ ਲੈ ਕੇ ਆਏਗੀ ਬੱਸ। ਪਰਲੇ ਪਾਸੇ ਵੀ ਪਾਕਿਸਤਾਨ ਸਾਈਡ 'ਤੇ ਵੀ ਪਾਕਿਸਤਾਨ ਗੁਰਦੁਆਰਾ ਕਮੇਟੀ ਨੇ ਔਰ ਅਵੈਕੋ ਟਰੱਸਟ ਪ੍ਰਾਪਰਟੀ ਬੋਰਡ ਨੇ ਬੱਸਾਂ ਦਾ ਇੰਤਜ਼ਾਮ ਕੀਤਾ, AC ਬੱਸਾਂ ਹੋਣਗੀਆਂ ਤਾਂ ਕਿ ਯਾਤਰਾ ਨੂੰ ਕੋਈ ਤਕਲੀਫ ਨਾ ਹੋਵੇ। ਉਹਦੇ 'ਚ ਖਾਸ ਤੌਰ 'ਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਔਰ ਸਨੈਕਸ ਦਾ ਵੀ ਪ੍ਰਬੰਧ ਕੀਤਾ ਗਿਆ, ਅਤੇ ਇਸ ਵਾਰੀ ਉਹਨਾਂ ਨੇ ਥੋੜ੍ਹਾ ਕਿਰਾਇਆ ਵਧਾਇਆ ਹੈਗਾ ਕਿਉਂਕਿ ਉੱਥੇ ਡੀਜ਼ਲ ਦੇ ਰੇਟ ਵੱਧ ਗਏ ਤੇ 5500 ਰੁਪਈਆ ਇੰਡੀਅਨ ਕਰੰਸੀ ਦੇ ਨਾਲ ਸਵਾਰੀ ਦੇ ਪੈਸੇ ਲੈ ਰਹੇ ਨੇ ਔਰ 16,400 ਰੁਪਇਆ ਪਾਕਿਸਤਾਨੀ ਕਰੰਸੀ ਨਾਲ। ਤਾਂ ਅਸੀਂ ਉਹਨਾਂ ਨੂੰ ਕਿਹਾ ਜੀ ਯਾਤਰਾ ਜਿਹੜੀ ਤੁਸੀਂ ਸਭ ਦੀ ਸੁਖਾਲੀ ਬਣਾਓ ਅਤੇ ਕੋਈ ਪੈਸੇ ਦੇ 200-400 ਵੱਧ ਜਾਣ ਤਾਂ ਕੋਈ ਐਸੀ ਗੱਲ ਨਹੀਂ। ਤਾਂ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਯਾਤਰੀਆਂ ਨੂੰ ਸਨੈਕਸ ਵੀ ਦੇਵਾਂਗੇ ਔਰ ਆਪਣਾ ਚਾਹ ਪਾਣੀ ਅਸੀਂ ਦੋ ਜਗ੍ਹਾ ਰੋਕਾਂਗੇ ਅਤੇ ਨਾਲ ਪਾਣੀ ਦੀ ਪ੍ਰਬੰਧ ਕਰਾਂਗੇ ਗੱਡੀਆਂ ਦੇ। ਸਾਡੇ ਨਾਲ ਇੱਥੇ ਸਰਦਾਰ ਗੋਬਿੰਦਰ ਸਿੰਘ ਜੀ ਵੀ ਮੌਜੂਦ ਨੇ ਜੋ ਗੁਰਦੁਆਰਾ ਰਕਾਬਗੰਜ ਦੇ ਚੇਅਰਮੈਨ ਨੇ, ਇਹਨਾਂ ਦੀ ਅਗਵਾਈ ਦੇ ਵਿੱਚ ਜੱਥਾ ਜਾ ਰਿਹਾ। ਤੁਸੀਂ ਵੀ ਪਹਿਲੀ ਵਾਰ ਜਾ ਰਹੇ ਹੋ, ਮਨ ਦੇ ਵਿੱਚ ਕਿਸ ਤਰੀਕੇ ਦੇ ਵਲਵਲੇ ਅਭਿਲਾਸ਼ਾ ਹੈਗੀ ਹੈ ਕਿ ਚਰਨ ਛੋਹ ਪ੍ਰਾਪਤ ਸਥਾਨ ਜੋ ਪੰਥ ਤੋਂ ਵਿਛੋੜਿਆ ਹੋਇਆ ਉਹਦੇ ਦਰਸ਼ਨ ਕਰਨ ਜਾ ਰਹੇ ਹੋ? ਮਨ 'ਚ ਬਲਬਲੇ ਤਾਂ ਨਹੀਂ, ਬੜਾ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਕਿ ਉਸ ਗੁਰੂ ਮਹਾਰਾਜ ਦੀ ਜਿਹੜੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੈ ਨਾਮ ਜਪੋ ਵੰਡ ਛਕੋ ਕਿਰਤ ਕਰੋ ਦਾ, ਉਹਨਾਂ ਦਾ ਉਹ ਜਨਮ ਸਥਾਨ ਹੈ ਔਰ ਕਰਤਾਰਪੁਰ ਸਾਹਿਬ ਜਿੱਥੇ ਉਹਨਾਂ ਨੇ
16 ਸਾਲ ਜਿਹੜੀ ਹੈ ਖੇਤੀਬਾੜੀ ਕੀਤੀ ਔਰ ਉੱਥੇ ਜੋਤੀ ਸਮਾਪ ਦੋ ਉਹਨਾਂ ਦੇ ਸਥਾਨ ਹੈ ਜੋ ਅਸੀਂ ਉਸ ਸਥਾਨਾਂ 'ਤੇ ਜਾ ਰਹੇ ਹਾਂ ਅਤੇ ਮੈਂ ਬੜਾ ਭਾਗਸ਼ਾਲੀ ਹਾਂ ਔਰ ਮੈਂ ਧੰਨਵਾਦੀ ਹਾਂ ਦਿੱਲੀ ਕਮੇਟੀ ਦਾ। ਸੋ ਸੰਗਤ ਨੂੰ ਲੈ ਕੇ ਜਾ ਰਹੇ ਹਾਂ, ਗੁਰੂ ਮਹਾਰਾਜ ਦੇ ਅੱਗੇ ਇਹ ਅਰਦਾਸ ਕਰ ਰਹੇ ਹਾਂ ਕਿ ਇਸ ਸਭ ਦੀ ਜਿਹੜੀ ਯਾਤਰਾ ਸਫਲ ਹੋਏ, ਕਿਸੇ ਤਰ੍ਹਾਂ ਦੀ ਉੱਥੇ ਸਾਨੂੰ ਦਿੱਕਤ ਨਾ ਹੋਏ। ਭਾਵੁਕ ਹੁੰਦੇ ਦਿਖਾਈ ਦੇ ਰਹੇ ਹੋ ਤੁਸੀਂ, ਮਤਲਬ ਮਨ ਦੇ ਵਿੱਚ ਕੀ ਚਾਅ ਲੈ ਕੇ ਚੱਲੇ ਹੋ? ਜਨਮ ਅਸਥਾਨ ਹੈ ਗੁਰੂ ਨਾਨਕ ਪਾਤਸ਼ਾਹੀ ਦਾ, ਪਹਿਲੀ ਪਾਤਸ਼ਾਹੀ ਹੈ ਸਿੱਖ ਧਰਮ ਦੀ, ਅਤੇ ਸੰਗਤ ਦੇ ਵਿੱਚ ਵਿਚਰੇ ਹੋ, ਸੰਗਤ ਨੂੰ ਨਾਲ ਲੈ ਕੇ ਚੱਲੇ ਹੋ, ਹੋਰ ਵੀ ਜੋ ਹੈ ਸੰਗਤਾਂ ਅੱਗੇ ਜਾਣ ਨੂੰ ਤਿਆਰ ਨੇ, ਕਿੰਨੀ ਕੁ ਸੰਗਤ ਹੈਗੀ ਹੈ ਔਰ ਇਹ ਸੰਗਤ ਜਿਹੜੀ ਹੈ ਸਾਰੀ ਜਮਨਾ ਪਾਰ ਦੀ? ਮੈਂ ਹੁਣੇ ਵੀ ਕਿਹਾ ਸੀ, ਦੇਖੋ ਮਨ 'ਚ ਜਿਹੜਾ ਚਾਅ ਹੈ ਹੀ ਹੈ ਕਿ ਜਿੱਦਾਂ ਸਾਨੂੰ ਵੀਜ਼ਾ ਲੈਣਾ ਪੈਂਦਾ ਔਰ ਦਿੱਲੀ ਕਮੇਟੀ ਵੱਲੋਂ 3 ਵਾਰ ਜਿਹੜਾ ਸਾਲ 'ਚ ਜਾਂਦਾ ਹੈ, ਵਿਸਾਖੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 'ਚ ਅਸੀਂ ਹੁਣ ਜਾ ਹੀ ਰਹੇ ਹਾਂ, ਅਤੇ ਗੁਰੂ ਨਾਨਕ ਦੇਵ ਜੀ ਅਤੇ ਪ੍ਰਕਾਸ਼ਪੁਰ 'ਤੇ, ਅਤੇ ਸਿਰਫ 3 ਵਾਰ ਨਹੀਂ, ਮੈਂ ਸਮਝਦਾ ਹਰ ਮਹੀਨੇ ਜੱਥਾ ਜਾਣਾ ਚਾਹੀਦਾ ਔਰ ਜਿਹਦੇ ਮਨ 'ਚ ਚਾਅ ਹੈਗਾ ਉਹ ਜਦ ਵੀ ਆਪਣੀ ਗੁਰੂ ਦੀ ਨਗਰੀ 'ਚ ਜਾਏ। ਇਹ ਸਾਨੂੰ ਅਸੀਂ ਅਰਦਾਸ ਵੀ ਕਰਦੇ ਹਾਂ ਵੀ ਜਿਹੜੇ ਪੰਥ 'ਚੋਂ ਵਿਛੋੜੇ ਗਏ ਆ ਜਿਹੜੇ ਸਾਡੇ ਧਰਮ ਸਥਾਨ, ਅਤੇ ਗੁਰੂ ਮਹਾਰਾਜ ਜਿਹੜੇ ਜਿੱਦਾਂ ਹੁਣ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲ੍ਹਿਆ, ਅਸੀਂ ਕਦੀ ਵੀ ਜਾ ਸਕਦੇ ਹਾਂ, ਅਤੇ ਸ਼ਾਇਦ ਬਾਕੀ ਜਿਹੜੇ ਧਰਮ ਸਥਲ ਉੱਥੇ ਹੈਗੇ ਉਹ ਵੀ ਜਿਹੜੀ ਹੈ ਨਾ ਕਿ ਇੰਡੀਆ ਵਾਸਤੇ, ਸਾਰੇ ਵਰਲਡ ਵਾਸਤੇ, ਜਿੱਥੇ ਵੀ ਸਿੱਖ ਜਿਹੜੀ ਨਾਨਕ ਨਾਮ ਲੇਵਾ ਸੰਗਤ ਉਹ ਆ ਕੇ ਇੱਥੇ ਦਰਸ਼ਨ ਕਰ ਸਕੇ। ਕਿਉਂਕਿ ਹੁੰਦਾ ਕਿ ਜਦ ਕਦੀ ਬਾਹਰੋਂ ਕੋਈ ਆਉਂਦਾ, ਅਗਰ ਉਹਦੇ ਮਨ 'ਚ ਵੀ ਹੈਗਾ ਉਹ ਦਰਬਾਰ ਸਾਹਿਬ ਤੋਂ ਜਾਂਦਾ, ਉਹ ਹੁਣ ਕਰਤਾਰਪੁਰ ਸਾਹਿਬ ਜਾ ਸਕਦਾ, ਪਰ ਉਹ ਕੀ ਕਹਿੰਦੇ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਨਹੀਂ ਜਾ ਸਕਦਾ, ਤਾਂ ਉਹ ਜ਼ਰੂਰ ਮੈਂ ਅਰਦਾਸ ਕਰਾਂਗਾ ਕਿ ਇਹ ਕੋਰੀਡੋਰ ਇੱਦਾਂ ਦਾ ਕੋਈ ਆਪਸ ਦੀ ਗੌਰਮੈਂਟਾਂ ਮਿਲ ਕੇ ਕੋਈ ਇੱਦਾਂ ਦਾ ਇੱਕ ਸਿਸਟਮ ਆਏ ਜਿਹਦੇ ਨਾਲ ਉੱਥੇ ਵੀ ਜਾ ਸਕਣ। ਮਹਿੰਦਰ ਜੀ, 10 ਦਿਨ ਦੀ ਯਾਤਰਾ, ਪ੍ਰਬੰਧ ਸਾਰੇ ਹੋ ਚੁੱਕੇ ਨੇ, ਸੰਗਤ ਉੱਥੇ ਰਹਿਣ ਦਾ, ਆਉਣ ਜਾਣ ਦਾ ਸਾਧਨ ਸਭ ਸਾਰੇ ਪ੍ਰਬੰਧ ਹੋ ਚੁੱਕੇ? ਚੰਡੋਕ ਸਾਹਿਬ ਨੇ ਸਾਰੇ ਪ੍ਰਬੰਧ ਕਰ ਦਿੱਤੇ ਔਰ ਸਾਨੂੰ ਉਹਦੇ ਉੱਥੇ ਦੇ ਟੈਲੀਫੋਨ ਨੰਬਰ ਵੀ ਦੇ ਗਏ। ਬਾਕੀ ਯਾਤਰਾ ਤੋਂ ਆਉਣ ਤੋਂ ਬਾਅਦ ਤੁਹਾਡੇ ਨਾਲ ਅਸੀਂ ਜ਼ਰੂਰ ਰੂਬਰੂ ਹੋਵਾਂਗੇ, ਤੁਹਾਨੂੰ ਜਿਹੜੀ ਪ੍ਰੈਸ ਦੇ ਨਾਲ ਜੋ ਵੀ ਅਗਰ ਉੱਥੇ ਸਾਨੂੰ ਦਿੱਕਤਾਂ ਆਉਣਗੀਆਂ ਜਾਂ ਗੁਰੂ ਮਹਾਰਾਜ ਕਰੇ ਕਿ ਕਦੀ ਵੀ ਗੁਰੂ ਘਰ ਜਾ ਕੇ ਦਿੱਕਤ ਨਹੀਂ ਆਉਂਦੀ ਸੰਗਤ ਨੂੰ, ਪਰ ਫਿਰ ਵੀ ਅਗਰ ਕੋਈ ਲੱਗਦਾ ਪਾਕਿਸਤਾਨ ਗੌਰਮੈਂਟ ਦੀ ਤਰਫੋਂ ਕਮੀ ਹੈ ਤਾਂ ਦੱਸਾਂਗੇ, ਉਹ ਅੱਗੇ ਦੇ ਜੱਥੇ ਨੂੰ ਦਰੁਸਤ ਹੋ ਜਾਏ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋਏ ਸਨ ਕੁਲਵਿੰਦਰ ਸਿੰਘ ਜੀ, ਇਸ ਤੋਂ ਪਹਿਲਾਂ ਚੰਡੋਕ ਸਾਹਿਬ ਨੇ ਵੀ ਗੱਲ ਕੀਤੀ ਹੈ। 10 ਦਿਨਾਂ ਦੇ ਇਸ ਯਾਤਰਾ ਦੇ ਵਿੱਚ ਸਾਰੇ ਪ੍ਰਬੰਧ ਜਿਹੜੇ ਸੰਗਤਾਂ ਲਈ ਕੀਤੇ ਗਏ ਨੇ, ਔਰ ਖਾਸ ਇਹ ਜੱਥਾ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਬਰਸੀ ਦੇ ਮੌਕੇ ਜਾ ਰਿਹਾ, 10 ਦਿਨ ਦਾ ਹੈ ਅੱਜ, ਯਾਨੀ ਜਾਣਗੇ ਅਤੇ 30 ਜੂਨ ਨੂੰ ਜਿਹੜਾ ਹੈ ਇਹ ਜੱਥਾ ਵਾਪਸ ਪਰਤੇਗਾ ਪਾਕਿਸਤਾਨ ਤੋਂ ਭਾਰਤ ਪਰਤੇਗਾ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹ ਪਵਿੱਤਰ ਸਥਾਨ ਦੇ ਉੱਤੇ ਜੋ ਪਾਕਿਸਤਾਨ ਦੇ ਵਿੱਚ ਆ ਨਨਕਾਣਾ ਸਾਹਿਬ, ਉਸ ਧਰਤੀ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾ ਕੇ ਜਿਹੜਾ ਹੈ ਫਿਰ ਇਹ ਜੱਥਾ ਜਿਹੜਾ ਹੈ ਵਾਪਸ ਆਏਗਾ। ਸਾਰੇ ਵਿਸ਼ੇਸ਼ ਪ੍ਰਬੰਧ ਜਿਹੜੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰ ਦਿੱਤੇ ਗਏ ਨੇ। ਕੈਮਰਾ ਪਰਸਨ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ, ਨਿਊਜ਼ ਦਿੱਲੀ।